ਅੱਜ ਸਵੇਰੇ 5:30 ਵਜੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰੀਓ ਦੇ ਕੋਲ ਇੱਕ ਨੌਜਵਾਨ ਡਰਾਈਵਰ ਦੀ ਲਾਸ਼ ਸਮਰਾਲਾ ਪੁਲਿਸ ਨੂੰ ਬਰਾਮਦ ਹੋਈ, ਜਿਸ 'ਤੇ ਕਈ ਗੋਲੀਆਂ ਲੱਗੀਆਂ ਹੋਈਆਂ ਸਨ। ਮੌਕੇ 'ਤੇ ਪਹੁੰਚੇ ਸਮਰਾਲਾ ਪੁਲਿਸ ਦੇ DSP ਤਰਲੋਚਨ ਸਿੰਘ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਿਵਾਸੀ ਚੰਡੀਗੜ੍ਹ ਜੋ ਇੱਕ ਆਲਟੋ ਟੈਕਸੀ ਡਰਾਈਵਰ ਹੈ। ਮ੍ਰਿਤਕ ਟੈਕਸੀ ਚਾਲਕ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਡਰਾਈਵਰ ਦੀ ਆਲਟੋ ਗੱਡੀ ਨੂੰ ਖੋਹ ਕੇ ਨਾਲ ਲੈ ਗਏ। ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਗਈ ਅਤੇ ਮ੍ਰਿਤਕ ਦੇ ਪਿਤਾ ਨੇ ਮੌਕੇ 'ਤੇ ਦੱਸਿਆ ਕਿ ਮ੍ਰਿਤਕ ਰਵੀ ਕੁਮਾਰ 3 ਤੋਂ 4 ਮਹੀਨੇ ਤੋਂ ਟੈਕਸੀ ਚਲਾਉਂਦਾ ਸੀ। ਰਾਤ ਮੇਰੇ ਬੇਟੇ ਨੇ ਦੱਸਿਆ ਕਿ ਮੈਨੂੰ ਚੰਡੀਗੜ੍ਹ ਤੋਂ ਲੁਧਿਆਣੇ ਦੀਆਂ ਸਵਾਰੀਆਂ ਮਿਲੀਆਂ ਹਨ, ਅਸੀਂ ਉਹ ਲੁਧਿਆਣੇ ਜਾ ਰਹੇ ਹਾਂ। ਉਸ ਤੋਂ ਬਾਅਦ ਦੁਬਾਰਾ ਤੜਕੇ ਫੋਨ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਪਾਪਾ ਮੇਰੇ ਗੋਲੀ ਲੱਗੀ ਹੈ। ਅਸੀਂ ਉਸ ਤੋਂ ਬਾਅਦ ਘਬਰਾ ਗਏ। ਮ੍ਰਿਤਕ ਰਵੀ ਦਾ 1.5 ਸਾਲ ਪਹਿਲਾਂ ਵਿਆਹ ਹੋਇਆ ਸੀ। DSP ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਾਨੂੰ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ ਉਸਦੇ ਗੋਲੀ ਲੱਗੀ ਹੋਈ ਹੈ ਅਤੇ ਮ੍ਰਿਤਕ ਦੇ ਪਰਿਵਾਰ ਵੱਲੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਚੰਡੀਗੜ੍ਹ ਤੋਂ ਲੁਧਿਆਣਾ ਸਵਾਰੀਆਂ ਲੈ ਕੇ ਆਪਣੀ ਟੈਕਸੀ 'ਚ ਜਾ ਰਿਹਾ ਸੀ। ਜਲਦ ਹੀ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। ਕਿਆ ਨਾਮ ਹੈ ਆਪਕਾ ਜੀ? ਜੈ ਕੁਮਾਰ ਸਰ। ਕਿਆ ਬਾਤ ਹੋਈ ਹੈ ਆਪਕੇ ਜੋ ਬੇਟੇ ਕੀ ਡੈਡ ਬਾਡੀ ਮਿਲੀ ਹੈ? ਸਰ ਮੇਰਾ ਲੜਕਾ 3-4 ਮਹੀਨੇ ਸੇ ਕਰੀਬਨ ਗਾੜੀ ਚਲਾ ਰਿਹਾ ਥਾ ਓਵਰ, ਔਰ ਸਰ ਰਾਤ ਸੇ ਲੁਧਿਆਣੇ ਕੀ ਬੁਕਿੰਗ ਮਿਲੀ ਮੇਰੇ ਪਾਸ ਫੋਨ ਆਇਆ 4 ਵਜੇ ਸਰ, ਬਹੁਤ ਪਰੇਸ਼ਾਨ ਤਾਂ ਮੇਰਾ ਬੇਟਾ, ਇਕੱਲਾ ਹੀ ਬੇਟਾ ਹੈ ਮੇਰਾ, ਔਰ ਸਰ 4:15 ਵਜੇ ਨੇ ਬਾਤ ਕਰੀ ਕਿ ਮੈਂ ਕਿਸੇ ਨੇ ਗੋਲੀ ਮਾਰ ਦੀ ਪਾਪਾ, ਔਰ ਸਰ ਇਤਨੀ ਬਾਤ ਹੋਈ ਮੇਰੀ, ਮੈਨੂੰ 10 ਮਿੰਟ ਕੇ ਬਾਅਦ ਫੋਨ ਕਰਿਆ ਕਿ ਬਾਬੂ ਤੂੰ ਹੈ ਕਹਾਂ ਸੀ, ਕਰਾ ਮੈਂ ਲੋਕੇਸ਼ਨ ਭੇਜ ਰਿਹਾ, ਲੋਕੇਸ਼ਨ ਭੇਜ ਦੀ ਮੇਰੇ ਪਾਸ ਸਰ, ਫਿਰ ਕਹਾ ਸਰ ਫਿਰ ਬਹੁਤ ਨਿਡਾ ਸਰ ਫਿਰ ਪਿਆ ਸਰ। ਕੋਈ ਦੁਸ਼ਮਣੀ ਵਗੈਰਾ ਲੱਗਦੀ ਹੈ ਕਿਸੇ ਕੇ ਸਾਥ? ਕੋਈ ਕੁਛ ਨਹੀਂ ਹੈ ਕਿਸੇ ਕਾ ਵੀ, ਮੇਰੀ ਸਾਥ ਵੀ ਨਹੀਂ, ਭਾਈ ਕੇ ਸਾਥ ਵੀ ਨਹੀਂ, ਬੱਚੇ ਕੇ ਵੀ ਨਹੀਂ। ਫਿਰ ਕੀ ਸ਼ਾਦੀ ਹੋ ਗਈ ਸੀ? ਸ਼ਾਦੀ ਹੋ ਗਈ ਸਰ 1.5 ਸਾਲ ਹੋਇਆ ਦਸੰਬਰ ਨੂੰ। ਕੌਣ ਸੀ ਗਾੜੀ ਚਲਾਤਾ ਸਾ ਜੀ? ਸਕੂਟੀ ਸਰ ਯਾਲੋ ਅਲਟੋ। ਅਲਟੋ ਚਲਾਤਾ? ਕਿੰਨੀ ਦੇਰ ਚਲਾਤਾ ਸਰ? 4:15 ਵਜੇ ਸਰ। ਕੋਈ ਰੰਜਿਸ਼ ਵਗੈਰਾ ਕੁਛ ਨਹੀਂ ਸੀ? ਨਾ ਜੀ, ਘਰ ਮੈਂ ਨਹੀਂ ਕੁਛ ਵੀ ਐਸਾ ਕਿੰਨਾ ਹੀ। ਅਬ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਸੇ? ਕੁਛ ਵੀ ਬਾਤ ਨਹੀਂ ਹੋਈ ਹੈ, ਉਹ ਕੱਲ ਸਵਾਰੀ ਲੈ ਕੇ ਨਿਕਲੇ ਤੇ ਕਹਤੇ ਲੁਧਿਆਣਾ ਕੇ ਲਈ, ਔਰ ਕੀ ਨਾਮ ਫਿਰ ਉਹ ਯਹਾਂ ਪੇ ਆਏ ਹੋਗੇ ਜਾਤੇ ਟਾਈਮ ਕਿਸੀ ਨੇ ਕਰ ਦੀ ਵਾਰਦਾਤ ਫੋਨ ਤੇ ਸਿਰਫ ਇਹ ਬੋਲ ਰਹੇ ਤੇ ਕਿ ਕੀ ਨਾਮ ਲਿਖਿਆ ਮੇਰਾ ਐਕਸੀਡੈਂਟ, ਉਹ ਕਿਸੀ ਨੇ ਗੋਲੀ ਮਾਰ ਦੀ ਕਿ ਮੈਂ ਮਰ ਜੂੰਗਾ, ਮੈਂ ਮਰ ਜੂੰਗਾ, ਮੈਂ ਮਰਨੇ ਵਾਲਾ ਹਾਂ। ਇਹ ਸਾਨੂੰ ਸਵੇਰੇ ਵਕਤੇ ਹੀ ਜਿਹੜੀ ਇਨਫੋਰਮੇਸ਼ਨ ਆਈ ਸੀ, ਅਸੀਂ ਮੌਕੇ ਤੇ ਵੀ ਜਿਹੜੀ ਸਪੋਰਟ ਤੇ ਆ ਗਏ ਸੀ। ਇਹ ਬੱਚਾ ਜਿਹੜਾ ਰਵੀ ਕੁਮਾਰ ਸੀ, ਇਹ ਟੈਕਸੀ ਅਵੇਲ ਚਲਾਉਂਦਾ ਸੀ ਚੰਡੀਗੜ੍ਹੋਂ, ਇਹ ਟੈਕਸੀ ਸਵਾਰੀ ਮੇਰੇ ਖਿਆਲ ਲੈ ਗਿਆ ਲੁਧਿਆਣੇ ਵਾਸਤੇ ਬੁੱਕ ਹੋਇਆ ਸੀ। ਇਹਦੀ ਜਿਹੜੀ ਵਾਪਸੀ ਜਾ ਰਿਹਾ ਡੈਡ ਬੋਡੀ ਨੇ, ਉਹਨਾਂ ਪਰਿਵਾਰ ਨੇ ਫੋਨ ਕੀਤਾ ਸੀ ਮੇਰੇ ਕਹਿੰਦੇ ਗੋਲੀ ਮਾਰਦੀ ਹੈ, ਵਾਈ ਸ਼ੂਟਿੰਗ ਜਿਹੜਾ ਇਹਦਾ ਮਰਡਰ ਹੋਇਆ ਉਹ ਅਸੀਂ ਕੇਸ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਿਹੜੇ ਮੁੱਲ ਹੈ ਛੇਤੀ ਇਹ ਸਲਾਖਾਂ ਵਿੱਚ ਦੇ ਅਜੇ ਦਾ ਅਜੇ ਦਾ ਤੁਸੀਂ ਪਾਰਟੀ ਆ ਅੱਡ ਅੱਡ ਫਿਊਜ਼ਨ ਦੇ ਅਸੀਂ ਕੰਮ ਕਰ ਰਹੇ।